ਸ਼੍ਰੀ ਅਨੰਦਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਦੇ ਉੱਤੇ ਹੋ ਰਹੇ ਲਗਾਤਾਰ ਸੜਕੀ ਹਾਦਸੇ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਸਿੰਗਲ ਲੇਨ ਹੋਣ ਦੇ ਚੱਲਦਿਆਂ ਆਏ ਦਿਨ ਇਸ ਸੜਕ ਦੇ ਉੱਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ, ਜਿਸ ਦੇ ਵਿੱਚ ਜਾਨ ਅਤੇ ਮਾਲ ਦਾ ਨੁਕਸਾਨ ਹੁੰਦਾ ਹੈ। ਅਜਿਹਾ ਹੀ ਹਾਦਸਾ ਅੱਜ ਇਸ ਮਾਰਗ ਦੇ ਉੱਤੇ ਪਿੰਡ ਬੈਲੂ ਦੇ ਲਾਗੇ ਵਾਪਰਿਆ, ਜਿੱਥੇ ਕਿ ਇੱਕ ਟੈਂਕਰ ਦੇ ਪਿੱਛੇ ਇੱਕ ਹੋਰ ਗੱਡੀ ਵੱਜਣ ਦੇ ਨਾਲ ਪਿਛਲੀ ਗੱਡੀ ਦਾ ਚਾਲਕ ਗੱਡੀ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਅਤੇ ਉਸਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਸਥਾਨਕ ਵਾਸੀਆਂ ਵੱਲੋਂ ਬੜੀ ਜੱਦੋ ਜਹਿਦ ਦੇ ਨਾਲ ਉਸ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਅਤੇ ਇਸ ਦੀ ਸੂਚਨਾ ਤੁਰੰਤ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ ਅਤੇ ਫੋਰਸ ਵੀ ਤੁਰੰਤ ਮੌਕੇ ਉੱਤੇ ਪਹੁੰਚੀ, ਜਿਨ੍ਹਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ, ਜਿੱਥੇ ਉਸ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਅਤੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਡਾਕਟਰ ਵੱਲੋਂ ਉਸ ਨੂੰ PGI ਚੰਡੀਗੜ੍ਹ ਵਿਖੇ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਸੰਬੰਧੀ ਗੱਲਬਾਤ ਕਰਦਾ ਸਥਾਨਕ ਵਾਸੀਆਂ ਨੇ ਦੱਸਿਆ ਕਿ ਸੜਕ 'ਤੇ ਜਾ ਰਹੇ ਟੈਂਕਰ ਦੇ ਅੱਗੇ ਇੱਕ ਘੋੜਾ ਰੇੜਾ ਆ ਗਿਆ, ਜਿਸ ਕਾਰਨ ਟੈਂਕਰ ਨੇ ਬ੍ਰੇਕ ਲਗਾਈ ਅਤੇ ਪਿਛਲੀ ਗੱਡੀ ਵਾਲੇ ਤੋਂ ਗੱਡੀ ਕਾਬੂ ਵਿੱਚ ਨਹੀਂ ਹੋਈ ਅਤੇ ਉਹ ਗੱਡੀ ਅੱਗੇ ਜਾ ਰਹੇ ਟੈਂਕਰ ਦੇ ਵਿੱਚ ਟਕਰਾ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਨਾਲ ਚਾਲਕ ਉਸ ਗੱਡੀ ਦੇ ਵਿੱਚ ਹੀ ਫਸ ਗਿਆ। ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਦਾ ਸਥਾਨਕ ਵਾਸੀਆਂ, ਮੌਕੇ 'ਤੇ ਮੌਜੂਦ ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਅਤੇ ਇਲਾਜ ਕਰਨ ਵਾਲੇ ਡਾਕਟਰ ਸਾਹਿਬ ਨੇ ਇਸ ਸੰਬੰਧੀ ਕੀ ਕਿਹਾ, ਆਓ ਸੁਣਦੇ ਹਾਂ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਇੱਥੇ ਐਕਸੀਡੈਂਟ ਹੋਇਆ ਬੈਲਪੁਰ, ਕਿਵੇਂ ਹੋਇਆ ਐਕਸੀਡੈਂਟ? ਇਹ ਮੋਹਰੇ ਜੇ ਟੈਂਕੀ ਆ ਗਈ ਜੀ, ਟੈਂਕੀ ਵਾਲੇ ਨੇ ਇੱਕਦਮ ਬ੍ਰੇਕ ਲਗਾਤੀ। ਇਹ ਸਾਡੀ ਇਹ ਗੱਡੀ ਹੈਗੀ ਹੈ 7374 ਨੰਬਰ। ਕੌਣ ਚਲਾ ਰਿਹਾ ਸੀ? ਭਰਾ ਚਲਾ ਰਿਹਾ ਸੀਗਾ ਮੇਰਾ ਜੀ। ਕਿਆ ਨਾਮ ਹੈ? ਪ੍ਰੇਮ ਚੰਦ। ਕਿੰਨੀ ਉਮਰ ਹੈ ਉਹਨਾਂ ਦੀ? ਉਹਨਾਂ ਦੀ ਉਮਰ ਹੋਣਗੀ 60 ਸਾਲ। ਤੇ ਉਹਨਾਂ ਨੂੰ ਸੱਟਾਂ ਚੋਟਾਂ ਲੱਤਾਂ ਦੇ ਲੱਗੀਆਂ ਉਹਨਾਂ ਨੂੰ ਬਹੁਤ ਜ਼ਿਆਦਾ। ਸੱਟਾਂ ਮਤਲਬ ਬੜੀ ਮੁਸ਼ਕਿਲ ਟਰੈਕਟਰ ਮੋਹਰੇ ਪਾ ਕੇ ਤਾਂ ਉਹਨੇ ਖਿੱਚ ਕੇ ਤਾਂ ਕੱਢਿਆ, ਟਰੈਕਟਰ ਨਾਲ ਮਤਲਬ ਅੱਗੇ ਨੇ ਸ਼ੋਅ ਖਿੱਚੀ ਹੈ ਤਾਂ। ਮੇਰਾ ਨਾਮ ਗੁਰਮੁਖ ਸਿੰਘ ਸੋਢੀ ਹੈ ਜੀ, ਮੈਂ ਪਿੰਡ ਬੈਲੂ ਦਾ ਹੀ ਰਹਿਣ ਵਾਲਾ ਇੱਥੇ ਦਾ ਜੀ। ਐਕਸੀਡੈਂਟ ਇਸ ਤਰ੍ਹਾਂ ਹੋਇਆ, ਮੋਹਰੇ ਗੱਡੀ ਜਾ ਰਹੀ ਸੀ ਟੈਂਕਰ ਵੱਡਾ, ਉਸਦੇ ਅੱਗੇ ਕੋਈ ਘੋੜਾ ਰੇੜਾ ਆ ਗਿਆ, ਜਿਸ ਕਰਕੇ ਉਹਨੇ ਬ੍ਰੇਕ ਮਾਰੀ, ਪਿੱਛੇ ਗੱਡੀ ਸੀਗੀ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ, ਜਿਸ ਕਰਕੇ ਇਹਨਾਂ ਦਾ ਐਕਸੀਡੈਂਟ ਹੋਇਆ ਜੀ। ਉਹਨਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਏ ਵਿੱਚ, ਬੜੀ ਮੁਸ਼ਕਲ ਦੇ ਨਾਲ ਕੱਢਿਆ ਟਰੈਕਟਰ ਦੇ ਨਾਲ, ਬੈਲਟਾਂ ਪਾ ਕੇ ਆਪਾਂ ਸਾਰਾ ਪਿੰਡ ਵਾਲੇ ਇੱਥੇ ਆ ਗਏ ਸੀਗੇ, ਬਹੁਤ ਸਾਰੇ ਪਿੰਡ ਵਾਲਿਆਂ ਨੇ ਬਹੁਤ ਹੈਲਪ ਕੀਤੀ ਜੀ, ਕੱਢ ਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਪਹੁੰਚਾਇਆ ਗਿਆ ਜੀ। ਫਿਲਹਾਲ ਉਹ ਠੀਕ ਹੈ ਜੀ। ਆਪਣਾ ਨਾਮ ਦੱਸਿਓ ਅਤੇ ਕਿੱਥੇ ਐਕਸੀਡੈਂਟ ਹੋਇਆ, ਇਹਦੇ ਬਾਰੇ ਜਾਣਕਾਰੀ ਦਿਓ। ਮੇਰਾ ਨਾਮ ਜੀ ਸੀ ਰਮੇਸ਼ ਕੁਮਾਰ, ਸੜਕ ਸੁਰੱਖਿਆ ਬੋਰਡ ਦਾ ਇੰਚਾਰਜ ਹਾਂ। ਅਤੇ ਸਾਨੂੰ ਇਨਫੋਰਮੇਸ਼ਨ ਆਈ ਸੀ 6:30 ਦੇ ਕਰੀਬ, 35-40 ਮਿੰਟ 'ਤੇ ਅਸੀਂ ਪਹੁੰਚ ਗਏ, ਬੈਲੂ ਪਿੰਡ ਕੋਲ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ। ਪਰ ਸਾਡੇ ਆਉਣ ਤੱਕ ਕਾਰਨ ਕੀ ਹੋਇਆ ਐਕਸੀਡੈਂਟ ਦਾ, ਕਿਵੇਂ ਹੋਇਆ ਜੀ? ਕਾਰਨ ਤਾਂ ਕਿਆ ਕਹਿੰਦੇ, ਗੱਡੀ ਘੋੜਾ ਜਿਹੜਾ ਆ ਗਿਆ ਉਹ ਤਾਂ ਅਸੀਂ ਦੱਸਦੇ ਦੇਖਣ ਵਾਲੇ ਲੋਕ। ਆਪਣੀ ਗੱਡੀ ਪਹੁੰਚੀ ਨੀ, ਅਸੀਂ ਆਪਣੀ ਗੱਡੀ ਹੋਸਪਿਟਲ ਪਹੁੰਚਾ ਦਿੱਤਾ।
ਤੇ ਉੱਥੇ ਉਹਨਾਂ ਨੇ ਅੱਗੇ ਰੈਫਰ ਕਰਤਾ ਫਿਰ ਕਿਆ। ਬਾਕੀ ਟ੍ਰੈਫਿਕ ਹਟਾਤੀ ਹੁਣ ਇਸ ਟਾਈਮ ਚੱਲਦੀ ਹੈ ਵਧੀਆ। ਹਾਂਜੀ ਭਾਜੀ, ਸਾਡੇ ਕੋਲ ਜਿਹੜੇ ਰੋਡ ਸੇਫਟੀ ਪੁਲਿਸ ਵਾਲੇ ਹੈਗੇ ਜਿੰਦਗੜੀ ਤੋਂ ਇੱਕ ਐਕਸੀਡੈਂਟ ਕੇਸ ਲੈ ਕੇ ਆਏ ਹੈ। ਇਹ ਜਿਹੜਾ ਪੇਸ਼ੈਂਟ ਪ੍ਰੇਮ ਕੁਮਾਰ ਦੱਸਦੇ ਨਾਮ ਸਨ ਆਫ ਅਨੰਤਰਾਮ ਡਿਸਟ੍ਰਿਕਟ, ਇਹਨਾਂ ਦਾ ਉਨਾ ਹੈਗਾ ਅਤੇ ਐਕਸੀਡੈਂਟ ਹੋਇਆ ਜਿੰਦਗੜੀ ਕੋਲ। ਪੇਸ਼ੈਂਟ ਦੋਨੋਂ ਲੱਤਾਂ ਫ੍ਰੈਕਚਰ ਹੈਗੀਆਂ, ਮੇਰੇ ਕੋਲ ਫਸਟ ਏਡ ਕਰ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਇਹਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੱਗੇ ਰੈਫਰ ਕੀਤਾ ਗਿਆ ਪੀ ਜੀ ਆਈ, ਕਿਉਂਕਿ ਫ੍ਰੈਕਚਰ ਥੋੜ੍ਹਾ ਜ਼ਿਆਦਾ ਲੱਗ ਰਿਹਾ ਜੀ। ਇੱਕੋ ਹੀ ਸੀ ਇਸ ਕੇਸ? ਹਾਂਜੀ, ਇਹਦੇ ਵਿੱਚ ਮਰੀਜ਼ ਇੱਕੋ ਜਿਹਾ ਹੈ।